ਮੈਨੂੰ ਫਿਸ਼ਲਰੀ ਪ੍ਰੋਬਲਮ 2018 'ਚ ਹੋਈ ਸੀ ਅਤੇ ਮੈਂ ਇੱਥੇ ਆ ਕੇ ਡਾਕਟਰ ਸਾਹਿਬ ਨੂੰ ਮਿਲਿਆ। ਮੈਂ ਬਹੁਤ ਜ਼ਿਆਦਾ ਅੱਗੇ ਨਾਲੋਂ ਚੰਗਾ ਮਹਿਸੂਸ ਕਰ ਰਿਹਾ ਅਤੇ ਮੈਂ ਬਹੁਤ ਬਹੁਤ ਥੈਂਕਸ ਕਰਦਾ ਡਾਕਟਰ ਸਾਹਿਬ ਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਕੈਲੀਫੋਰਨੀਆ ਲੋਸ ਏਂਜਲਸ ਦਾ ਰਹਿਣ ਵਾਲਾ। ਮੈਨੂੰ ਫਿਸ਼ਲਰੀ ਪ੍ਰੋਬਲਮ 2018 'ਚ ਹੋਈ ਸੀ ਅਤੇ ਮੈਂ ਬੜਾ ਪਰੇਸ਼ਾਨ ਸੀ, ਬੜਾ ਡਾਕਟਰਾਂ ਨੂੰ ਦਿਖਾਇਆ US ਵਿੱਚ ਵੀ ਇੰਡੀਆ ਵਿੱਚ ਵੀ। ਬਾਅਦ ਵਿੱਚ ਮੈਂ ਔਨਲਾਈਨ ਫਾਇੰਡ ਕੀਤਾ ਅਤੇ ਮੈਨੂੰ ਯੂਟਿਊਬ ਤੋਂ ਪਤਾ ਲੱਗਾ ਵੀ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਸਟਾਰ ਹੋਸਪਿਟਲ ਵਾਲੇ ਇਹਨਾਂ ਦਾ ਇਲਾਜ ਦੇ ਸਪੈਸ਼ਲਿਸਟ ਹੈਗੇ ਨੇ ਅਤੇ ਮੈਂ ਇੱਥੇ ਆ ਕੇ ਡਾਕਟਰ ਸਾਹਿਬ ਨੂੰ ਮਿਲਿਆ। ਡਾਕਟਰ ਸਾਹਿਬ ਨਾਲ ਸਲਾਹ ਕੀਤੀ ਅਤੇ ਇਹਨਾਂ ਨੇ ਮੇਰੀ ਲੇਜ਼ਰ ਨਾਲ ਸਰਜਰੀ ਕੀਤੀ ਜਿਹੜੀ ਕਿ ਬਿਲਕੁਲ ਬਿਨਾਂ ਕੱਟ ਤੋਂ ਬਿਨਾਂ ਚੀਰ ਫਾੜ ਤੋਂ ਹੈ, ਕੋਈ ਦਰਦ ਨਹੀਂ ਹੈ। ਮੈਂ ਬਹੁਤ ਜ਼ਿਆਦਾ ਅੱਗੇ ਨਾਲੋਂ ਚੰਗਾ ਮਹਿਸੂਸ ਕਰ ਰਿਹਾ ਅਤੇ ਮੈਂ ਬਹੁਤ ਬਹੁਤ ਥੈਂਕਸ ਕਰਦਾ ਡਾਕਟਰ ਸਾਹਿਬ ਦਾ ਵੀ ਜਿਨ੍ਹਾਂ ਨੇ ਮੇਰੀ ਇਹ ਪ੍ਰੋਬਲਮ ਦਾ ਹੱਲ ਕੀਤਾ। ਮੈਨੂੰ ਅੱਜ 5 ਦਿਨ ਹੋ ਗਏ ਨੇ, ਕੋਈ ਪੇਨ ਨਹੀਂ ਹੈ, ਕੁਛ ਨਹੀਂ ਹੈ, ਸਿਰਫ ਥੋੜ੍ਹੀ ਜਿਹੀ ਮੈਡੀਸਨ ਲੈਣੀ ਪੈਂਦੀ ਹੈ ਅਤੇ ਸਾਰਾ ਕੁਛ ਵਧੀਆ ਹੈ ਅਤੇ ਸਭ ਕੁਛ ਠੀਕ ਹੈ ਜੀ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਡਾਕਟਰ ਸਾਹਿਬ ਦਾ ਅਤੇ ਜਿਨ੍ਹਾਂ ਨੂੰ ਵੀ ਫੇਸ਼ੀਅਲ ਦੀ ਪ੍ਰੋਬਲਮ ਹੈ ਜਾਂ ਕੋਈ ਵੀ ਪਾਇਲਸ ਦੀ ਹੈ ਜਾਂ ਕੋਈ ਵੀ ਹੈਗੀ ਹੈ, ਡਾਕਟਰ ਸਾਹਿਬ ਉਹਨਾਂ ਦੇ ਸਪੈਸ਼ਲਿਸਟ ਹੈਗੇ ਨੇ, ਤੁਸੀਂ ਇੱਥੇ ਆਓ ਅਤੇ ਇਹਨਾਂ ਦੀ ਸਲਾਹ ਜ਼ਰੂਰ ਲਓ ਇੱਕ ਵਾਰ, ਕਿਉਂਕਿ ਮੈਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਿਆ। ਮੈਂ ਚਾਹੁੰਦਾ ਸਾਰੇ ਮੇਰੇ ਯਾਰ ਦੋਸਤ, ਮੇਰੇ ਭਰਾ ਭੈਣ ਜਿਨ੍ਹਾਂ ਨੂੰ ਵੀ ਇਹ ਪ੍ਰੋਬਲਮ ਹੈ ਇੱਥੇ ਆਉਣ ਅਤੇ ਆਪਣੀ ਪ੍ਰੋਬਲਮ ਡਾਕਟਰ ਸਾਹਿਬ ਨੂੰ ਦੱਸਣ ਅਤੇ ਆਪਣਾ ਟ੍ਰੀਟਮੈਂਟ ਕਰਵਾਉਣ।